ਐਸਮਾ ਪੰਜਾਬ ਦੇ ਇੰਪਲੋਈਜ਼ 'ਤੇ ਨਹੀਂ ਲੱਗਣਾ ਚਾਹੀਦਾ, ਐਸਮਾ 'ਚ ਲੱਗਣਾ ਚਾਹੀਦਾ ਮੁੱਖ ਮੰਤਰੀ ਦੇ, ਜਿਹੜਾ ਰਹਿੰਦਾ ਨਹੀਂ ਜਹਾਜ਼ 'ਚ ਲੈ ਕੇ ਚੱਕ ਕੇ ਬਾਹਰ ਰਹਿੰਦਾ ਰਹਿੰਦਾ, ਜਿਹਦਾ ਕੰਮ ਹੀ ਪੰਜਾਬ 'ਚ ਰਹਿਣਾ, ਉਹ ਪੰਜਾਬ 'ਚ ਰਹਿੰਦਾ ਨਹੀਂ, ਐਸਮਾ ਇਹਦੇ 'ਤੇ ਲੱਗਣਾ ਚਾਹੀਦਾ। ਪੰਜਾਬ ਜਿਹੜੀ ਸਰਕਾਰ ਅੱਜ ਹੈ ਨਾ, ਨਾ ਕਾਨੂੰਨ ਦੀ ਪਰਵਾਹ ਕਰਦੀ ਹੈ, ਨਾ ਇੰਡੀਅਨ ਕੌਨਸਟੀਟਿਊਸ਼ਨ ਦੀ ਪਰਵਾਹ ਕਰਦੀ ਹੈ। ਆਹ ਤਾਂ ਸੋਚਦੀ ਹੈ ਕਿ ਅਸੀਂ ਜੋ ਮਰਜ਼ੀ ਜੀ ਕਰੇ ਅਸੀਂ ਕਰ ਸਕਦੇ ਹਾਂ। ਮੈਂ ਧੰਨਵਾਦ ਕਰਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ, ਜਿਨ੍ਹਾਂ ਨੇ ਇਹਨਾਂ ਨੂੰ ਝਟਕਾ ਦਿੱਤਾ। ਹਲੇ ਬੜੇ ਝਟਕੇ ਦੇਣੇ ਪੈਣੇ ਇਹਨਾਂ ਨੂੰ, ਨਹੀਂ ਤਾਂ ਇਹਨਾਂ ਨੇ ਪੰਜਾਬ ਵਿੱਚ ਕੋਈ ਕਾਨੂੰਨ ਦੀ ਜਾਂ ਕੋਈ ਕਾਨੂੰਨ ਵਿਵਸਥਾ ਦੀ ਸਾਰਿਆਂ ਦੀ ਧੱਜੀਆਂ ਉਡਾ ਦੇਣਗੇ। ਰਵਨੀਤ ਬਿੱਟੂ ਕਹਿੰਦੇ ਨੇ ਕਿ ਬੇਅੰਤ ਸਿੰਘ ਦੀ ਕੁਰਬਾਨੀ ਕਰਕੇ ਪੰਜਾਬ ਖੁਸ਼ਹਾਲ ਆ। ਯਾਰ ਮੈਂ ਹੁਣ ਮੈਂ ਉਹਦੇ ਬਾਰੇ ਕੋਈ ਗੱਲ ਕਰਨਾ ਨਹੀਂ ਚਾਹੁੰਦਾ। ਦੇਖੋ, ਪਹਿਲੀ ਗੱਲ, ਆਹ ਜਿਹੜੀ ਸਰਕਾਰ ਹੈ ਆਹ ਸੋਚਦੀ ਹੈ ਕਿ ਡਰਾ ਕੇ ਅਸੀਂ ਲੋਕਾਂ ਨੂੰ ਜੁੱਤੀ ਦੇ ਥੱਲੇ ਰੱਖ ਕੇ ਅਸੀਂ ਰਾਜ ਕਰਨਾ। ਇਹਨੂੰ ਪਤਾ ਨਹੀਂ ਪੰਜਾਬੀ ਪਿਆਰ ਦੇ ਭੁੱਖੇ ਹੈ। ਪਿਆਰ ਦਿਓ, ਕੋਈ ਮਰਜ਼ੀ ਕੰਮ ਕਰਾ ਲਓ, ਜੇ ਤੁਸੀਂ ਰੋਣ ਦੀ ਕੋਸ਼ਿਸ਼ ਕਰੋਗੇ ਉਹ ਤੁਸੀਂ ਬਿਲਕੁਲ ਕਾਮਯਾਬ ਨਹੀਂ ਹੋਣਗੇ। ਪੰਜਾਬੀ ਕਿਤੇ ਥੱਲੇ ਨਹੀਂ ਲੱਗਦੇ। ਅਤੇ ਮੈਂ ਕਹਿਣਾ ਚਾਹੁੰਦਾ, ਐਸਮਾ ਪੰਜਾਬ ਦੇ ਇੰਪਲੋਈਜ਼ 'ਤੇ ਨਹੀਂ ਲੱਗਣਾ ਚਾਹੀਦਾ, ਐਸਮਾ 'ਚ ਲੱਗਣਾ ਚਾਹੀਦਾ ਮੁੱਖ ਮੰਤਰੀ ਦੇ, ਜਿਹੜਾ ਰਹਿੰਦਾ ਨਹੀਂ ਜਹਾਜ਼ 'ਚ ਲੈ ਕੇ ਚੱਕ ਕੇ ਬਾਹਰ ਰਹਿੰਦਾ ਰਹਿੰਦਾ, ਜਿਹਦਾ ਕੰਮ ਹੀ ਪੰਜਾਬ 'ਚ ਰਹਿਣਾ, ਉਹ ਪੰਜਾਬ 'ਚ ਰਹਿੰਦਾ ਨਹੀਂ, ਐਸਮਾ ਇਹਦੇ 'ਤੇ ਲੱਗਣਾ ਚਾਹੀਦਾ ਪੰਜਾਬ 'ਚ। ਕਿਹਦੀ? ਦੇਖੋ, ਇਮੀਡੀਏਟਲੀ ਉਹਨੂੰ ਅਰੈਸਟ ਕਰਨਾ ਚਾਹੀਦਾ, ਜਿਸ ਅਤੇ ਜਿਹੜੇ ਪੁਲਿਸ ਵਾਲਿਆਂ ਨੇ ਮਦਦ ਕੀਤੀ ਹੈ ਉਹਨਾਂ 'ਤੇ ਵੀ ਕੇਸ ਹੋਣਾ ਚਾਹੀਦਾ, ਕੌਮ ਨੂੰ ਬਚਾਉਣ ਦਾ।